ਅਮਰ ਜੀ, ਇਹ ਟਰੱਕ ਦੇ ਅੰਦਰ ਅਸੀਂ ਚੜ੍ਹੇ ਹਾਂ, ਮੈਨੂੰ ਤਾਂ ਲੱਗਦਾ ਜਿੱਦਾਂ ਆਪਾਂ ਕਿਸੇ ਬੈੱਡਰੂਮ 'ਚ ਆ ਗਏ ਹੁੰਦੇ। ਬਿਲਕੁਲ ਜੀ ਬਿਲਕੁਲ, ਇਹ ਟਰੱਕ ਦੇਖੋ ਨਾਲ ਦੀ ਨਾਲ ਟਰੱਕ ਚਲਾਉਣਾ ਜੀ, ਤੇ ਬਾਅਦ 'ਚ ਰੈਸਟ ਵੀ ਕਰਨੀ ਪੈਂਦੀ ਹੈ ਜੀ, 10-10 ਘੰਟੇ ਸੌਣਾ ਪੈਂਦਾ ਆਪਾਂ ਨੂੰ ਜੀ। ਉਸ ਤਰ੍ਹਾਂ ਕੈਨੇਡਾ ਅਮਰੀਕਾ ਦੇ ਵਿੱਚ ਜੀ, ਨਾਰਥ ਅਮਰੀਕਾ 'ਚ ਉਹਨਾਂ ਨੇ ਡਰਾਈਵਰ ਨੂੰ ਦੇਖਦੇ ਹੋਏ ਵੀ ਇੰਨਾ ਹਾਰਡ ਵਰਕ ਕਰਦੇ ਆ ਬੰਦੇ, ਹਰੇਕ ਤਰ੍ਹਾਂ ਦੀ ਫੈਸਿਲਿਟੀ ਟਰੱਕ 'ਚ ਰੱਖੀ ਹੋਈ ਆ ਜੀ। ਜਿੱਦਾਂ ਕਿ ਦੇਖੋ ਮਾਈਕ੍ਰੋਵੇਵ ਰੱਖਿਆ ਜੀ ਟਰੱਕ ਦੇ ਵਿੱਚ, ਤੁਸੀਂ ਆਪਣਾ ਫੂਡ ਗਰਮ ਕਰਕੇ ਖਾ ਸਕਦੇ ਹੋ ਜੀ, ਨਾਲ ਦੀ ਨਾਲ ਤੁਹਾਡਾ ਕੱਪੜਿਆਂ ਦਾ ਸਟੋਰੇਜ ਰੂਮ ਹੈ ਜੀ, ਉਹਦੇ 'ਚ ਤੁਸੀਂ ਆਪਣੇ ਕੱਪੜੇ ਰੱਖ ਸਕਦੇ ਹੋ ਜੀ ਪ੍ਰੋਪਰ। ਓਕੇ, ਇੱਧਰ ਤੁਹਾਨੂੰ ਜੀ ਫਰਿੱਜ ਆ ਜੀ ਲੱਗੀ ਹੋਈ, ਫਰਿੱਜ ਦੇ ਵਿੱਚ ਤੁਸੀਂ ਆਪਣਾ ਫੂਡ ਰੱਖ ਸਕਦੇ ਹੋ, ਗਰਮ ਰਹਿੰਦਾ, ਸੋਰੀ ਠੰਡਾ ਫੂਡ ਰਹਿੰਦਾ, ਜਦੋਂ ਮਰਜ਼ੀ ਕੱਢ ਕੇ ਤੁਸੀਂ ਗਰਮ ਕਰੋ, ਮਾਈਕ੍ਰੋਵੇਵ 'ਚ ਖਾ ਸਕਦੇ ਹੋ ਜੀ। ਕੱਪ ਰੱਖਣ ਨੂੰ ਹੋਲਡਰ ਰੱਖਿਆ ਹੋਇਆ ਜੀ, ਤੁਸੀਂ ਚਾਹ ਪਾਣੀ ਬੈਠੇ ਹੋ ਆਪਣਾ ਆਰਾਮ ਨਾਲ ਚਾਹ ਪਾਣੀ ਬੈਠ ਕੇ ਪੀ ਸਕਦੇ ਹੋ ਜੀ। ਟ੍ਰੇ ਰੱਖੀ ਗਈ ਆ, ਮੰਨ ਲਓ ਤੁਸੀਂ ਇੱਦਾਂ ਕੋਈ ਲਿਖਣਾ ਆਪਣਾ, ਪੜ੍ਹਨਾ, ਕਾਗਜ਼ ਪੱਤਰ ਕਰਨਾ, ਫੂਡ ਖਾਣਾ, ਆਰਾਮ ਨਾਲ ਬੈਠ ਕੇ ਆਪਣਾ ਪ੍ਰੋਪਰ ਵਧੀਆ ਖਾ ਸਕਦੇ ਹੋ ਜੀ। ਫਿਰ ਨਾਲ ਦੀ ਨਾਲ ਇਹ ਹੈਗਾ ਜੀ ਸੈਕਸ਼ਨ, ਅਸੀਂ ਟੀਵੀ ਲਾਤਾ, ਪਹਿਲਾਂ ਟੀਵੀ ਲੱਗਿਆ ਹੁੰਦਾ ਸੀ ਜੀ ਇੱਥੇ, ਤੁਸੀਂ ਟੀਵੀ ਲਾ ਸਕਦੇ ਹੋ ਆਪਣਾ ਪ੍ਰੋਪਰ, ਟੀਵੀ ਦੇਖੋ ਆਰਾਮ ਦੇ ਨਾਲ, ਇੱਥੇ ਟੀਵੀ ਲੱਗ ਜਾਂਦਾ ਜੀ। ਬੈੱਡ ਲੱਗੇ ਹੋਏ ਆ ਜੀ ਪ੍ਰੋਪਰ, ਇੱਕ ਬੰਦਾ ਜੇ ਚਲਾਉਂਦਾ ਆ ਤਾਂ ਉਹ ਬੰਦਾ ਆਰਾਮ ਨਾਲ ਰੈਸਟ ਆਪਣੀ ਕਰਦਾ, ਤੇ ਉਰੇ ਕੈਨੇਡਾ 'ਚ ਖਾਸ ਕਰ ਜਿਹੜੇ ਹਾਈਵੇ ਤੇ ਦੂਰ ਨੂੰ ਜਾਂਦੇ ਆ ਉਹਨਾਂ ਨੂੰ ਟੀਮ ਡਰਾਈਵਰ ਕਹੇ ਜਾਂਦੇ ਆ ਜੀ, ਦੋ ਡਰਾਈਵਰ ਚੱਲਦੇ, ਇੱਕ ਚਲਾਉਂਦਾ, ਇੱਕ ਰੈਸਟ ਕਰਦਾ 10 ਘੰਟੇ, ਫਿਰ ਦੂਜਾ ਸੌਂਦਾ ਤੇ ਪਹਿਲਾ ਡਰਾਈਵਰ ਚਲਾਉਂਦਾ ਜੀ। ਜੇ ਕਿਤੇ ਉਹਨਾਂ ਨੂੰ ਮੰਨ ਲਓ ਖੜਨਾ ਪੈ ਜਾਂਦਾ 10 ਘੰਟੇ, ਦੋਨਾਂ ਨੂੰ ਮੀਟਿੰਗ ਪੈ ਗਈ, ਫਿਰ ਦੋ ਬੈੱਡ ਲੱਗੇ ਹੋਏ ਆ ਜੀ, ਉਹਦੇ ਉੱਪਰ ਤੁਸੀਂ ਆਰਾਮ ਦੇ ਨਾਲ ਸੌ ਸਕਦੇ ਹੋ ਜੀ, ਆਪਦੇ ਆਪਦੇ ਬੈੱਡ ਦੇ ਉੱਤੇ, ਇੱਦਾਂ ਬੈੱਡ ਖੁੱਲ ਜਾਂਦਾ ਜੀ। ਨਾਲ ਦੀ ਨਾਲ ਉਹਦੇ ਸੇਫਟੀ ਦਾ ਧਿਆਨ ਰੱਖਦੇ ਹੋਏ, ਜੇ ਚੱਲਦੇ ਟਰੱਕ ਤੇ ਵੀ ਕਿਸੇ ਨੂੰ ਸੌਣਾ ਪੈ ਜਾਵੇ ਤਾਂ ਪ੍ਰੋਪਰ ਤੁਸੀਂ ਲੌਕ ਲਾ ਕੇ, ਬੈਲਟ ਲਾ ਕੇ ਸੌ ਸਕਦੇ ਹੋ, ਤਾਂ ਕਿ ਬ੍ਰੇਕਾਂ ਕਿਤੇ ਐਮਰਜੈਂਸੀ ਲੱਗ ਜਾਣ ਤਾਂ ਬੰਦਾ ਥੱਲੇ ਨਾ ਡਿੱਗ ਪਵੇ। ਬੈਲਟਾਂ ਵੀ ਨਾਲ ਪ੍ਰੋਪਰ ਸੇਫਟੀ ਲਈ ਲਾਈਆਂ ਗਈਆਂ ਜੀ। ਓਕੇ, ਇਦਾਂ ਬਸ ਸਾਰੇ ਰੈਸਟ ਕਰਦੇ ਆ ਜੀ ਆਪਣਾ, ਤੇ ਨਾਲ ਦੀ ਨਾਲ ਟਰੱਕ ਚਲਾਈ ਜਾਂਦੇ ਆ, ਕੰਫਰਟੇਬਲ ਸੀਟਾਂ ਨੇ ਜੀ, ਮੈਨੂਅਲ ਟਰੱਕ ਨੇ, ਹੁਣ ਅੱਜ ਕੱਲ ਆਟੋਮੈਟਿਕ ਟਰੱਕ ਵੀ ਆ ਗਏ ਆ ਜੀ ਇੱਥੇ, ਤੇ ਮੈਨੂਅਲ ਟਰੱਕ 18-18 ਗੇਅਰ ਨੇ ਜੀ ਇਹਨਾਂ ਦੇ। ਹਾਂਜੀ, ਤੇ ਥੋੜਾ ਚਲਾ ਕੇ ਦਿਖਾ ਦੋ। ਬਿਲਕੁਲ ਜੀ ਬਿਲਕੁਲ, ਏਅਰ ਬ੍ਰੇਕ ਸਿਸਟਮ ਆ ਜੀ ਉਰੇ ਟਰੱਕਾਂ ਦੇ ਵਿੱਚ ਜੀ। ਓਕੇ, ਹੁਣ ਤੁਸੀਂ ਆ ਹਾਰਨ ਸੁਣਦੇ ਹੋਵੋਗੇ ਜੀ, ਹਾਂ ਹਾਂ, ਇਹ ਏਅਰ ਦਾ ਆ ਲੋ ਸਿਸਟਮ, ਏਅਰ ਪ੍ਰੈਸ਼ਰ ਆ ਰਿਹਾ ਜੀ ਉਹਦੇ ਤੇ। ਅੱਛਾ, ਬਈ ਤੁਸੀਂ ਟਰੱਕ ਵਾਰਨ ਕਰਦਾ ਵੀ ਤੁਸੀਂ ਹੁਣ ਸਟਾਰਟ ਕਰ ਲਿਆ ਟਰੱਕ ਪਰ ਚਲਾ ਨਹੀਂ ਸਕਦੇ ਬਿਕੋਜ਼ ਤੁਹਾਨੂੰ ਏਅਰ ਚਾਹੀਦੀ ਆ ਜੀ। ਓ ਅੱਛਾ, ਘੱਟੋ ਘੱਟ 60 ਤੋਂ ਥੱਲੇ ਏਅਰ ਆ ਤਾਂ ਉਹਨੇ ਚੱਲਣਾ ਹੀ ਚੱਲਣਾ ਜੀ, ਜਿਉਂ ਜਿਉਂ ਏਅਰ ਬਣੀ ਜਾਣੀ ਆ। ਓਕੇ, ਤੇ ਇਹਨੇ ਜੀ ਆਪਣਾ ਗਵਰਨਰ ਏਅਰ ਸਿਸਟਮ ਹੁੰਦਾ ਕਾਫੀ, ਉਹ ਕੱਟ ਆਊਟ ਕਰ ਦਿੰਦਾ, ਦੇਖੋ ਜੀ ਹੁਣ ਏਅਰ ਤੁਹਾਡੀ ਥੋੜੀ ਬਣ ਗਈ ਆ ਤੇ ਸਾਈਨ ਆਫ ਹੋ ਗਿਆ। ਓਕੇ, ਮੈਨੂਅਲ ਟਰੱਕਾਂ ਦੇ 18 ਗੇਅਰ ਹੁੰਦੇ ਜੀ, 18 ਸਪੀਡ, 18 ਗੇਅਰ, ਹਾਂਜੀ 18 ਗੇਅਰ ਪੈਂਦੇ ਆ ਜੀ ਹਾਈਵੇ ਤੇ, ਫਿਰ ਜਾਂਦਾ ਜੀ ਟਰੱਕ ਪੂਰਾ ਭਜਦਾ ਜੀ। ਜਿਵੇਂ ਆਪਾਂ ਦਾ ਪੰਜਾਬੀਆਂ ਦਾ ਸ਼ੁਰੂ ਤੋਂ ਸ਼ੌਂਕ ਆ ਜੀ ਟਰਾਂਸਪੋਰਟੇਸ਼ਨ ਦਾ, ਟਰੱਕਿੰਗ ਦਾ ਜੀ, ਬਾਕੀ ਏਸੀ ਲੱਗੇ ਹੋਏ ਆ ਜੀ ਪ੍ਰੋਪਰ ਟਰੱਕਾਂ ਦੇ ਵਿੱਚ। ਓਕੇ, ਮੈਪ ਲਾਈਟ ਤੁਸੀਂ ਮੰਨ ਲਓ ਕੁਛ ਪੜ੍ਹਨਾ ਲਿਖਣਾ ਪ੍ਰੋਪਰ, ਹਰੇਕ ਜਗ੍ਹਾ ਜਿੱਥੇ ਵੀ ਕੋਈ ਚੀਜ਼ ਡਰਾਈਵਰ ਨੂੰ ਲੱਗਦਾ ਉੱਥੇ ਹਰੇਕ ਪਲੱਗ ਲਾਈਟ ਸਭ ਕੁਛ ਲਾਇਆ ਹੋਇਆ ਜੀ। ਓਕੇ, ਇਹ ਹੁੰਦੀ ਆ ਜੀ ਆਪਣੇ ਕੋਲੇ ਸੀਵੀ ਹੁੰਦੀ ਸੀ ਜੀ ਟਰੱਕਾਂ ਦੇ ਵਿੱਚ ਅੱਗੇ ਜੀ, ਇਹਦੀ ਘੱਟੋ ਘੱਟ 7-8 ਕਿਲੋਮੀਟਰ ਦੀ ਰੇਂਜ ਹੁੰਦੀ ਆ, ਅੱਡ ਅੱਡ ਚੈਨਲ ਰੱਖੇ ਹੋਏ ਆ ਜੀ, ਪੰਜਾਬੀਆਂ ਨੇ ਆਪਦਾ ਚੈਨਲ ਦਿੱਤਾ ਹੋਇਆ, ਗੋਰਿਆਂ ਨੇ ਜਿਵੇਂ ਆ 17 ਨੰਬਰ ਚੈਨਲ ਆ, 16-15 ਅੱਡ ਅੱਡ ਚੈਨਲ ਤੇ ਤੁਸੀਂ ਰੱਖ ਲੈਣੇ ਵੀ ਪੰਜ ਮੁੰਡੇ, ਚਲੋ ਯਾਰ ਆਪਾਂ 15 ਨੰਬਰ ਚੈਨਲ ਤੇ ਗੱਲ ਕਰਦੇ ਆ। ਜਦੋਂ ਪਹਿਲਾਂ ਅਸੀਂ ਅੱਜ ਤੋਂ 20 ਸਾਲ ਪਹਿਲਾਂ ਟਰੱਕ ਚਲਾਉਂਦੇ ਸੀ ਉਦੋਂ ਕੈਨੇਡਾ ਦੇ ਵਿੱਚ ਚੈਨਲ ਹੋਰ ਹੁੰਦਾ ਸੀ, ਜੇ ਅਮਰੀਕਾ ਨੂੰ ਕੈਲੀਫੋਰਨੀਆ ਜਾਣਾ ਪੰਜਾਬੀਆਂ ਦਾ ਹੋਰ ਚੈਨਲ ਸੀ, ਗੋਰਿਆਂ ਦਾ ਆਪਦਾ ਜੀ। ਤੇ ਹੁਣ ਜਿਉਂ ਜਿਉਂ ਟੈਕਨੋਲੋਜੀ ਚੇਂਜ ਹੋਈ ਜਾਂਦੀ ਆ ਵੀਰ ਜੀ, ਤਿਉਂ ਤੇ ਹੁਣ ਆਹ ਰੇਡੂਏ ਆ ਗਏ ਜੀ, ਇਹਨਾਂ ਨੂੰ VHF ਰੇਡੀਓ ਕਹਿੰਦੇ ਆ ਜੀ। ਓਕੇ, ਇਹਨਾਂ ਦੀ ਰੇਂਜ ਹੈਗੀ ਆ ਘੱਟੋ ਘੱਟ 50 ਕਿਲੋਮੀਟਰ ਜੀ। ਓਕੇ, ਇਹਦੇ ਉੱਤੇ ਚੈਨਲ ਅੱਡ ਨੇ, ਲੈਡ 1, ਲੈਡ 2, ਆਪਣੇ ਪੰਜਾਬੀ ਬੰਦੇ ਪਾਹਲ ਚੈਨਲ ਯੂਜ਼ ਕਰਦੇ ਆ ਜੀ। ਓਕੇ, ਇਹਦੀ 35-40 ਕਿਲੋਮੀਟਰ ਦੀ ਰੇਂਜ ਹੁੰਦੀ ਆ, ਤੁਸੀਂ ਇੱਧਰ ਆਪਣੇ 40 ਕਿਲੋਮੀਟਰ ਦੇ ਨੇੜੇ ਤੇੜੇ ਕਿਤੇ ਵੀ ਬੰਦੇ ਨੂੰ ਪੁੱਛ ਸਕਦੇ ਹੋ, ਪੁੱਛ ਲਈਦਾ ਵੀ ਵੈਦਰ ਖਰਾਬ ਹੁੰਦਾ ਵੀ ਹਾਂਜੀ ਬ੍ਰਦਰ ਕਿੱਧਰ ਜਾ ਰਹੇ ਹੋ ਤੁਸੀਂ, ਕਿੱਦਾਂ ਦਾ ਵੈਦਰ ਆ, ਜਾਂ ਰੋਡ ਤੇ ਕੋਈ ਕੰਸਟਰਕਸ਼ਨ ਚੱਲਦੀ ਆ, ਕੋਈ ਪ੍ਰੋਬਲਮ ਹੋਵੇ, ਸਾਰੇ ਪੰਜਾਬੀ ਮੁੰਡੇ ਇੱਕ ਦੂਜੇ ਨੂੰ ਦੱਸਦੇ ਰਹਿੰਦੇ ਆ ਜੀ। ਇੱਕ ਇੱਥੇ ਪੰਜਾਬੀ ਮੀਡੀਆ ਵੀ ਬੜਾ ਸਟਰੋਂਗ ਹੋ ਗਿਆ, ਹਾਂਜੀ, ਤੇ ਡਰਾਈਵਰਾਂ ਨੂੰ ਕਹਿੰਦੇ ਇਸ ਗੱਲੋਂ ਬਹੁਤ ਮੌਜਾਂ ਲੱਗੀਆਂ ਵੀ ਉਹ ਰੇਡੀਓ ਲਾ ਲੈਂਦੇ ਨੇ, ਹਾਂਜੀ, ਨਾਲੇ ਗੱਡੀ ਚਲਾਉਂਦੇ ਨੇ ਤੇ ਦੁਨੀਆ ਭਰ ਦੀਆਂ ਖਬਰਾਂ ਸੁਣਦੇ ਉਹ ਧੂੜਾ ਪੜਦੇ ਜਾਂਦੇ ਨੇ। ਬਿਲਕੁਲ ਜੀ ਬਿਲਕੁਲ, ਪਹਿਲਾਂ ਦੇਖੋ ਰੇਡੂਏ ਇੰਨੇ ਨਹੀਂ ਸੀ ਜੀ ਚੱਲਦੇ, ਲੋਕਲ ਚੱਲਦੇ ਸੀ, ਹੁਣ ਸਾਰੇ ਲੋਕਲ, ਬਹੁਤ ਪੰਜਾਬੀ ਮੀਡੀਆ ਹੋ ਗਿਆ ਜੀ, ਰੇਡੂਏ ਚੱਲਦੇ, ਈਵਨ ਉਹ ਲੋਕਲ ਵੀ ਤੁਹਾਨੂੰ ਟ੍ਰੈਫਿਕ ਦੀ ਅਪਡੇਟ ਘੰਟੇ ਘੰਟੇ ਬਾਅਦ ਦਿੰਦੇ ਰਹਿੰਦੇ ਆ। ਤੇ ਬਾਕੀ ਹੁਣ ਵਰਲਡ ਵਾਈਡ ਜੀ ਹੁਣ ਟੈਕਨੋਲੋਜੀ ਚੇਂਜ ਹੋ ਗਈ ਆ, ਟੋਰਾਂਟੋ ਦੇ ਰੇਡੀਓ, ਆਸਟ੍ਰੇਲੀਆ ਦੇ ਰੇਡੀਓ, ਇੰਡੀਆ ਤੋਂ ਰੇਡੀਓ, BC ਦੇ ਲੋਕਲ ਰੇਡੀਓ, ਅਮਰੀਕਾ ਦੇ ਚੈਨਲ ਚੱਲਦੇ ਰਹਿੰਦੇ ਆ, ਬੰਦਾ ਆਨਲਾਈਨ ਜਾਂਦਾ ਲਾ ਕੇ ਚੈਨਲ ਜਿੱਥੇ ਕੋਈ ਗਾਣੇ ਚੱਲਦੇ ਆ ਜਾਂ ਕੋਈ ਤੁਹਾਨੂੰ ਕੋਈ ਵਧੀਆ ਟਾਕ ਸ਼ੋ ਚੱਲਦਾ, ਕੋਈ ਨੌਲੇਜ ਮਿਲ ਰਹੀ ਆ ਵਧੀਆ, ਉਹ ਲਾ ਕੇ ਸੁਣਦੇ ਰਹਿੰਦੇ ਆ ਮੁੰਡੇ ਜੀ। ਜੇ ਅੰਦਾਜ਼ੇ ਨਾਲ ਕਹੀਏ ਵੀ 500 ਕਿਲੋਮੀਟਰ ਟਰੱਕ ਜਾਣਾ ਆ, ਹਾਂਜੀ, ਤੇ ਐਵਰੇਜ ਕਿੰਨਾ ਕੁ ਟਾਈਮ ਲੱਗਦਾ? ਐਵਰੇਜ ਵੀਰ ਜੀ ਦੇਖ ਲਓ ਵੀ ਇੱਥੋਂ ਆਪਾਂ ਵੈਨਕੂਵਰ BC ਚ ਆ ਜੀ, ਹੁਣ ਇੱਥੋਂ ਕੈਲਗਰੀ ਅਬਾ
ਤੇ ਮਾਊਂਟੇਨ ਡਰਾਈਵਿੰਗ ਆ ਬੀਸੀ ਦੇ ਵਿੱਚ ਥੋੜੇ ਬਹੁਤ ਟਾਊਨ ਵੀ ਆਉਂਦੇ ਆ ਆਰਾਮ ਨਾਲ ਬੰਦਾ 1000 ਕਿਲੋਮੀਟਰ 12 ਘੰਟੇ ਚ ਕੱਢ ਦਿੰਦਾ ਬੜੇ ਆਰਾਮ ਦੇ ਨਾਲ ਕਿਉਂਕਿ ਟਰੱਕ ਨੂੰ ਜਦੋਂ ਹਿੱਲ ਤੇ ਚੜ੍ਹਨਾ ਥੋੜਾ ਟਾਈਮ ਲੱਗਦਾ ਤੇ ਜੇ ਤੁਸੀਂ ਕਾਰ ਦੇ ਉੱਤੇ ਜਾਓ ਕੈਲਗਰੀ ਨੂੰ 1000 ਕਿਲੋਮੀਟਰ 10 ਘੰਟੇ ਲੱਗਦੇ ਆ 10 ਘੰਟੇ 100 ਕਿਲੋਮੀਟਰ ਪਰ ਆਵਰ ਤੁਸੀਂ ਬੜੇ ਆਰਾਮ ਨਾਲ ਕੈਨੇਡਾ ਚ ਕੱਢ ਸਕਦੇ ਬ੍ਰੇਕ ਕਿਤੇ ਲੱਗਣੀ ਨਹੀਂ ਗੀ ਹਾਈਵੇ ਨੇ ਜੀ ਪ੍ਰੋਪਰ ਤੁਸੀਂ ਟਾਪੋ ਟਾਪ ਜਾਣਾ ਰਾਹ ਚ ਗੈਸ ਸਟੇਸ਼ਨ ਆਉਂਦੇ ਨੇ ਉੱਥੇ ਆਪਣਾ ਰੋਗੋ ਚਾਹ ਪਾਣੀ ਪੀਓ ਤੇ ਦੁਬਾਰਾ ਫੇਰ ਕੈਰੀ ਔਨ ਹੋ ਜਾਓ ਜੀ ਅਮਰੀਕਾ ਦੇ ਵਿੱਚ ਤਾਂ ਖਾਸ ਕਰ ਜੀ ਹਾਈਵੇ ਇੰਨੇ ਵੱਡੇ ਨੇ ਇੰਨੇ ਜ਼ਿਆਦਾ ਹਾਈਵੇ ਨੇ ਹਰੇਕ ਅੱਧੇ ਘੰਟੇ ਬਾਅਦ ਤੁਹਾਨੂੰ ਟਰੱਕ ਸਟਾਪ ਆ ਜਾਂਦਾ ਜੀ ਹਰੇਕ ਘੰਟੇ ਬਾਅਦ ਤੁਹਾਨੂੰ ਰੈਸਟ ਏਰੀਆ ਆ ਜਾਂਦਾ ਜਿੱਥੇ ਕਿ ਪ੍ਰੋਪਰ ਡਰਾਈਵਰ ਰੁਕਣ ਘੱਟੋ ਘੱਟ 30-40 ਟਰੱਕ ਲੱਗਦੇ ਆ ਜੀ ਪ੍ਰੋਪਰ ਉੱਥੇ ਵਾਸ਼ਰੂਮ ਹੈਗਾ ਸਾਈਡਾਂ ਤੇ ਕਈ ਵਾਰ ਕਾਫੀ ਸ਼ਾਪ ਵੀ ਲੱਗੀ ਹੁੰਦੀ ਆ ਜਿਵੇਂ ਕਿ ਆਪਾਂ ਵੀਰ ਜੀ ਇੰਡੀਆ ਦੇ ਵਿੱਚ ਛਬੀਲਾ ਲਾਉਨੇ ਆ ਚਾਹਾਂ ਪਾਣੀ ਪਲਾਉਨੇ ਆ ਉਰੇ ਰੈਸਟ ਏਰੀਆ ਦੇ ਵਿੱਚ ਗੋਰਿਆਂ ਨੇ ਇੱਕ ਸਾਈਡ ਤੇ ਸ਼ਾਪ ਬਣਾਈ ਆ ਜਿੱਥੇ ਫ੍ਰੀ ਫੂਡ ਫ੍ਰੀ ਕੁੱਕੀਜ਼ ਬਿਸਕੁਟ ਫॉर ਟਰੱਕ ਡਰਾਈਵਰਸ ਇੰਨਾ ਐਪਰੀਸ਼ੀਏਟ ਕਰਦੇ ਸ਼ਾਮ ਨੂੰ ਗੋਰੇ ਜਾਂ ਵੀਕਐਂਡ ਤੇ ਹੁੰਦੇ ਆ ਵੀ ਚਲੋ ਵੀ ਆਪਾਂ ਹੁਣ ਰਿਟਾਇਰਮੈਂਟ ਦੇ ਲੇੜੇ ਆ 10-10, 20-20 ਡਾਲਰ ਪਾਈਏ ਟਰੱਕ ਡਰਾਈਵਰ ਨੂੰ ਕਾਫੀ ਦੇ ਆਈਏ ਚਾਹ ਦੇ ਆਈਏ ਇੰਨੀ ਰਿਸਪੈਕਟ ਕਰਦੇ ਆ ਜੀ ਇੱਥੇ ਟਰੱਕ ਡਰਾਈਵਰਾਂ ਦੀ